ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੜੋ ਪੰਜਾਬ ਪੜਾਓ ਪੰਜਾਬ ਤੇ ਹੈ ਅੱਜ ਦੀ 슬라이ਡ ਵਿੱਚ ਤੁਹਾਡਾ ਸਵਾਗਤ ਹੈ ਅੱਜ ਮਿਤੀ ਹੈ 22 ਅਗਸਤ 2020 ਤੇ ਦਿਨ ਹੈ ਸ਼ਨੀਵਾਰ ਸੈਟਰਡੇ ਅੱਜ ਦਾ ਵਿਚਾਰ ਰੁੱਖਾਂ ਅਤੇ ਪਾਣੀ ਦੀ ਸੰਭਾਲ ਕਰੋ ਤਾਂ ਪਿਆਰੇ ਬੱਚਿਓ ਸਾਨੂੰ ਰੁੱਖਾਂ ਅਤੇ ਪਾਣੀ ਦੀ ਬਹੁਤ ਜ਼ਿਆਦਾ ਸੰਭਾਲ ਕਰਨ ਦੀ ਲੋੜ ਹੈ ਜਿਉਂਦੇ ਰਹਿਣ ਲਈ ਸ਼ੁੱਧ ਪਾਣੀ ਅਤੇ ਹਵਾ ਦੀ ਬਹੁਤ ਲੋੜ ਹੈ ਰੁੱਖ ਸਾਡੀ ਹਵਾ ਨੂੰ ਸਾਫ਼ ਕਰਦੇ ਨੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਦੇ ਨੇ ਤੇ ਜੇਕਰ ਅਸੀਂ ਪਾਣੀ ਦੀ ਸੰਭਾਲ ਨਹੀਂ ਕਰਦੇ ਧਰਤੀ ਉੱਤੇ 3% ਭਾਗ ਹੀ ਪਾਣੀ ਹੈ ਜੋ ਪੀਣ ਯੋਗ ਹੈ ਜੇਕਰ ਇਸੀ ਸੰਭਾਲ ਨਹੀਂ ਕਰਾਂਗੇ ਤਾਂ ਹੌਲੀ-ਹੌਲੀ ਇਹ ਖਤਮ ਹੋ ਜਾਵੇਗਾ ਤੇ ਇਸ ਦੇ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਭੁਗਤਣੇ ਪੈਣਗੇ ਇਸ ਕਰਕੇ ਪਿਆਰੇ ਬੱਚਿਓ ਰੁੱਖਾਂ ਅਤੇ ਪਾਣੀ ਦੀ ਸੰਭਾਲ ਕਰੋ ਗਿਆਨ ਵਿਗਿਆਨ ਪਹਿਲਾ ਪ੍ਰਸ਼ਨ ਪੰਜਾਬ ਦੇ ਲੋਕਾਂ ਦਾ ਮੁੱਖ ਕੀਤਾ ਕਿਹੜਾ ਹੈ ਤਾਂ ਇਸਦਾ ਉੱਤਰ ਹੈ ਖੇਤੀਬਾੜੀ ਪੰਜਾਬ ਤੇ ਜ਼ਿਆਤਰ ਲੋਕ ਖੇਤੀਬਾੜੀ ਕਰਦੇ ਹਨ ਅਗਲਾ ਪ੍ਰਸ਼ਨ ਆਬਾਦੀ ਪੱਖੋਂ ਸੰਸਾਰ ਵਿੱਚ ਭਾਰਤ ਦਾ ਕਿੰਨਾਵਾਂ ਸਥਾਨ ਹੈ ਤਾਂ ਇਸਦਾ ਉੱਤਰ ਹੈ ਦੂਸਰਾ ਅਸੀਂ ਜਾਣਦੇ ਹਾਂ ਕਿ ਸਭ ਤੋਂ ਵੱਧ ਆਬਾਦੀ ਚੀਨ ਵਿੱਚ ਹੈ ਤੇ ਦੂਸਰੇ ਨੰਬਰ ਤੇ ਭਾਰਤ ਵਿੱਚ ਇਸ ਕਰਕੇ ਭਾਰਤ ਆਬਾਦੀ ਪੱਖੋਂ ਦੂਸਰਾ ਸਥਾਨ ਹੈ ਅਗਲਾ ਪ੍ਰਸ਼ਨ ਮਿਰਕਾ ਸਿੰਘ ਦਾ ਸਬੰਧ ਕਿਸ ਖੇਡ ਨਾਲ ਹੈ ਤਾਂ ਇਸਦਾ ਉੱਤਰ ਹੈ ਐਥਲੈਟਿਕਸ ਦੌੜ ਤਾਂ ਅਸੀਂ ਦੇਖਦੇ ਹਾਂ ਫਿਲਮ ਵੀ ਦੇਖੀ ਹੈ ਭਾਗ ਮਿਲਖਾ ਬਾਗ ਉਹਦੇ ਵਿੱਚ ਉਹ 400 ਮੀਟਰ 200 ਮੀਟਰ ਕਿੰਨੀ ਤੇਜ਼ ਦੌੜ ਦਾ ਤੇ ਦੇਸ਼ ਦਾ ਨਾਮ ਰੌਸ਼ਨ ਕਰਦਾ ਹੈ ਅਗਲਾ ਆਪਰੇਸ਼ਨ ਰੋਮਨ ਅੰਕ ਪ੍ਰਣਾਲੀ ਵਿੱਚ 500 ਕਿਵੇਂ ਲਿਖਿਆ ਜਾਂਦਾ ਹੈ ਤਾਂ ਪਿਆਰੇ ਬੱਚਿਓ ਅਸੀਂ ਜਾਣਦੇ ਹਾਂ ਕਿ ਅਸੀਂ 500 ਨੂੰ ਡੀ ਨਾਲ ਲਿਖਦੇ ਹਾਂ ਅਗਲਾ ਆਪਰੇਸ਼ਨ ਮੌਜੂਦਾ ਪੰਜਾਬ ਵਿੱਚ ਕਿੰਨੇ ਦਰਿਆ ਵਹਿੰਦੇ ਹਨ ਤਾਂ ਮੌਜੂਦਾ ਪੰਜਾਬ ਵਿੱਚ ਤਿੰਨ ਦਰਿਆ ਵਹਿੰਦੇ ਨੇ ਸਤਲੁਜ ਰਾਵੀ ਅਤੇ ਪਿਆਸ ਆਉ ਬੁੱਜੀ ਗੋਲ ਗੋਲ ਉਹ ਹੁੰਦੀਆਂ ਹੱਟੀ ਤੇ ਉਸੋਂਦੀਆਂ ਕੁੜੀਆਂ ਚਾ ਨਾਲ ਪਾਉਂਦੀਆਂ ਵਾਰੇ ਵਾਰੇ ਜਾਂਦੀਆਂ ਤਾਂ ਫਿਰ ਬੁੱਝ ਲੋ ਗੋਲ ਗੋਲ ਹੱਟੀਆਂ ਤੋਂ ਮਿਲਦੀਆਂ ਨੇ ਕੁੜੀਆਂ ਪਾਉਂਦੀਆਂ ਨੇ ਤਾਂ ਉਹ ਕੀ ਹੋਇਆ ਫਿਰ ਵੈਰੀ ਗੁੱਡ ਵੰਗਾ ਨਿੰਨਾਂ ਨੂੰ ਅਸੀਂ ਚੂੜੀਆਂ ਵੀ ਕਹਿੰਨੇ ਆ ਗੋਲ-ਗੋਲ ਹੁੰਦੀਆਂ ਨਾ ਕੁੜੀਆਂ ਕਿੰਨੇ ਚਾਹ ਨਾਲ ਪਾਉਂਦੀਆਂ ਨੇ ਵਰਡਸ ਫॉर ਪ੍ਰੈਕਟਿਸ ਪਹਿਲਾ ਹੈ ਬੀ ਆਰ ای ਕੇ ਐਫ ਐਸ ਟੀ ਬ੍ਰੇਕਫਾਸਟ ਦੂਸਰਾ ਹੈ ਐਲ ਯੂ ਐਨ ਸੀ ਐਚ ਲੰਚ ਤੀਸਰਾ ਹੈ डी आई डबल N E R डिनर चौथा है M E A L मील पजवा है एच ई एल टी एच वाई हेल्दी तो एक बार दोहरा लिए ब्रेकफास्ट लंच डिनर میل ਹੈਲਦੀ ਤਾਂ ਪਿਆਰੇ ਬੱਚਿਓ ਰੋਜ਼ਾਨਾ ਦੀ ਤਰ੍ਹਾਂ ਇਹਨਾਂ ਸ਼ਬਦਾਂ ਨੂੰ ਆਪਣੀ ਸ਼ਬਦ ਵਾਲੀ ਕਾਪੀ ਤੇ ਲਿਖ ਲੈਣਾ ਹੈ ਤਾਂ ਪਿਆਰੇ ਬੱਚਿਓ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੈਸ 2020 ਜੋ ਕਿ ਹੋਣ ਜਾ ਰਿਹਾ ਹੈ ਉਸ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਇੱਕ ਉਪਰਾਲਾ ਕਰਦੇ ਹੋਏ ਤੁਹਾਨੂੰ अभ्यास शीट 6 भेजी जा रही है पहला 1 तो 5 तक ਤੁਹਾਨੂੰ ਭੇਜੀਆਂ ਜਾ ਚੁੱਕੀਆਂ ਨੇ ਤੁਸੀਂ ਉਸੇ ਤਰ੍ਹਾਂ ਇਸ 6 ਨੰਬਰ ਸ਼ੀਟ ਨੂੰ ਵੀ ਬਹੁਤ ਧਿਆਨ ਨਾਲ ਪੜ੍ਹਨਾ ਇਹਦੇ ਪ੍ਰਸ਼ਨਾਂ ਨੂੰ ਸਮਝ ਕੇ ਬਹੁ ਵਿਕਲਪੀ ਉੱਤਰਾਂ ਦੇ ਉੱਤਰ ਦੇਣੇ ਨੇ ਤਾਂ ਕਿ ਤੁਹਾਡੀ ਤਿਆਰੀ ਮੁਕੰਮਲ ਹੋ ਸਕੇ ਤੇ ਪੈਸ 2020 ਵਿੱਚ ਪੰਜਾਬ ਦੇ ਜਿਹੜੇ ਹੈਗਾ ਸਿੱਖਿਆ ਦਾ ਪੱਦਰ ਹੋਰ ਉੱਚਾ ਸਾਨੂੰ ਨਜ਼ਰ ਆਵੇ ਇਸ ਕਰਕੇ ਪਿਆਰੇ ਬੱਚਿਓ ਬਹੁਤ ਧਿਆਨ ਨਾਲ ਕਰਨਾ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ